ਕਿ ਜੇ ਤੁਹਾਡੇ ਸਾਹਮਣੇ ਕਿਸੇ ਦੀ ਵੀ ਤੀਪਹੰਦੀ ਇਦਾਂ ਦੀ ਵੀਡੀਓ ਆਵੇ ਤੇ ਤੁਸੀਂ ਉਹ ਸ਼ੇਅਰ ਨਾ ਕਰਿਆ ਕਰੋ ਉਹਨੂੰ ਫੁਦਾਵਾਣਾ ਨਾ ਦਿਆ ਕਰੋ ਉਹਨੂੰ ਉੱਥੇ ਚੀਜ਼ ਨੂੰ ਰੋਕੋ ਜੇ ਸ਼ੇਅਰ ਕਰਨਾ ਕਿਸੇ ਦੀ ਲਾਈਫ ਬਣ ਸਕਦੀ ਹੈ ਨਾ ਸ਼ੇਅਰ ਕਰਨਾ ਕਿਸੇ ਦੀ ਲਾਈਫ ਖਰਾਬ ਵੀ ਹੋ ਸਕਦੀ ਹੈ ਨਾ ਸਤਿ ਸ਼੍ਰੀ ਅਕਾਲ ਜੀ ਜਿੱਥੇ ਦੀਪ ਸਰਦਾਰ ਨੇ ਤੇ ਉਹਨਾਂ ਦੇ ਹਸਬੰਡ ਨੇ ਕੱਲ ਇੱਕ ਵੀਡੀਓ ਦਾ ਜ਼ਿਕਰ ਕੀਤਾ ਸੀ ਕਿ ਕਿਸ ਤਰ੍ਹਾਂ ਉਹਨਾਂ ਦੀ ਇੱਕ ਫੇਕ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਜਿਸ ਵਿੱਚ ਦਰਅਸਲ ਉਹ ਨਹੀਂ ਹਨ ਪਰ ਫਿਰ ਵੀ ਦੀਪ ਸਰਦਾਰ ਨੇ ਦਾ ਨੇਮ ਉਸ ਵੀਡੀਓ ਉੱਪਰ ਲਿਖ ਕੇ ਉਸ ਵੀਡੀਓ ਨੂੰ ਲੋਕਾਂ ਦੁਆਰਾ ਇੱਕ ਦੂਜੇ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਦੀਪ ਸਰਦਾਰਨੀ ਨੇ ਲਾਈਵ ਆ ਕੇ ਇਸ ਤਰ੍ਹਾਂ ਦੀਆਂ ਵੀਡੀਓਜ਼ ਅਤੇ ਅਫਵਾਹਾਂ ਤੋਂ ਬਚਣ ਲਈ ਕਿਹਾ ਉੱਥੇ ਹੀ ਦੀਪ ਸਰਦਾਰਨੀ ਦੇ ਹਸਬੰਡ ਗੁਰਦੀਪ ਸਿੰਘ ਨੇ ਵੀ ਦੀਪ ਸਰਦਾਰਨੀ ਦੀ ਫੁੱਲ ਸਪੋਰਟ ਕੀਤੀ ਅਤੇ ਉਸ ਦੇ ਹੱਕ ਵਿੱਚ ਇੱਕ ਸਟੋਰੀ ਸਾਂਝੀ ਕੀਤੀ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਕੁਝ ਲੋਕ ਨਹੀਂ ਰੁਕ ਰਹੇ ਜਿਸ ਤੋਂ ਬਾਅਦ ਹੁਣ ਫੇਰ ਦੀਪ ਸਰਦਾਰਨੀ ਨੇ ਸਪੱਸ਼ਟ ਦਿੰਦਿਆਂ ਹੋਇਆਂ ਕਿਆ ਜੇ ਕਿਸੇ ਦਾ ਫੇਸ ਮੇਰੇ ਫੇਸ ਨਾਲ ਮਿਲ ਰਿਹਾ ਤਾਂ ਉਹਦੇ ਵਿੱਚ ਮੇਰਾ ਕੀ ਕਸੂਰ ਕਿਸੇ ਹੋਰ ਦੀ ਵੀਡੀਓ ਉੱਤੇ ਮੇਰਾ ਨਾਮ ਲਿਖ ਕੇ ਕੀ 4 ਪੈਸੇ ਜ਼ਿਆਦਾ ਆ ਜਾਣਗੇ ਜਿੰਨੇ ਵੀ ਇਹ ਕੰਮ ਕੀਤਾ ਕਿਸੇ ਕੁੜੀ ਦੀ ਲੀਕਟ ਵੀਡੀਓ ਉੱਤੇ ਮੇਰਾ ਨਾਮ ਲਿਖ ਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਕੋਈ ਨਹੀਂ ਮੈਂ ਕੁਝ ਨਹੀਂ ਕਹਿਣਾ ਵਾਇਗਰੂ ਸਾਰਾ ਕੁਝ ਦੇਖਦਾ ਆਪੇ ਵਾਇਗਰੂ ਨੇ ਉਹਨੂੰ ਜਵਾਬ ਦੇ ਦੇਣਾ ਰਹੀ ਗੱਲ ਇਹ ਆ ਕਿ ਸੱਚੀ ਲੋਕੀ ਖੁਦ ਗੰਦ ਦੇਖਣਾ ਪਸੰਦ ਕਰਦੇ ਆ ਮੇਰੀਆਂ ਰੀਲਾਂ ਵਿੱਚ ਗੰਦ ਨਹੀਂ ਹੁੰਦਾ ਮੇਰੇ ਤੇ ਰੋਸਟ ਨਹੀਂ ਹੁੰਦਾ ਇਹ ਚੀਜ਼ ਚੰਗੀ ਨਹੀਂ ਲੱਗੀ ਕਿਸੇ ਨੂੰ ਤਾਂ ਹੀ ਗਲਤ ਅਫਵਾਹ ਉਡਾ ਰਹੇ ਆ ਲੋਕ ਕਿੰਨੀ ਗੰਦੀ ਦੁਨੀਆ ਕਿੰਨੀ ਗੰਦੀ ਸੋਚ ਆ ਸਾਡੇ ਲੋਕਾਂ ਦੀ ਪਰ ਮੈਂ ਥੈਂਕ ਯੂ ਕਰਦੀ ਆ ਸਾਰਿਆਂ ਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਵੈਲ ਕੁਝ ਇਸ ਤਰੀਕੇ ਦੇ ਨਾਲ ਦੀਪ ਸਰਦਾਰਨੀ ਨੇ ਉਸ ਦੀ ਗਲਤ ਵੀਡੀਓ ਵਾਇਰਲ ਕਰਨ ਵਾਲੇ ਨੂੰ ਰਿਪਲਾਈ ਦਿੱਤਾ ਹੈ ਬਾਾਕੀ ਤੁਹਾਡਾ ਦੀਪ ਸਰਦਾਰਨੀ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਨੇ